ਬਾਲਾ ਪ੍ਰੀਤਮ ਜੀ ਨੇ ਇੱਥੇ ਅਲੌਕਿਕ ਵਰਤਾਇਆ ਕਿ ਬੱਚੇ ਬੋਲ ਸੁਣ ਨਹੀਂ ਸੀ ਸਕਦੇ ਅਤੇ ਸਤਿਗੁਰੂ ਜੀ ਨੇ ਵਰਦਾਨ ਦਿੱਤਾ। ਉਹ ਵਰਦਾਨ ਅੱਜ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ। ਅੱਜ ਵੀ ਹਜ਼ਾਰਾਂ ਬੱਚੇ ਇੱਥੇ ਆਣ ਕੇ ਸਤਿਗੁਰਾਂ ਦੇ ਪਾਸੋਂ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਰਸਨਾ ਪ੍ਰਾਪਤ ਕਰਦੇ ਨੇ, ਸੁਣਨ ਦੀ ਸਮਰੱਥਾ ਪ੍ਰਾਪਤ ਕਰਦੇ, ਇੱਥੇ ਦਰਸ਼ਨ ਕਰਾਏ ਅਤੇ ਹੁਣ ਆਰਮੀ 'ਚ ਸਰਵਿਸ ਕਰਦਾ ਉਹ। ਬਿਲਕੁਲ ਠੀਕ ਹੈ, ਮੇਰਾ ਭਾਣਜਾ ਵੀ ਗੂੰਗਾ ਸੀਗਾ, ਹੁਣ ਉਹ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਸਟੈਨੋ ਲੱਗਿਆ ਹੋਇਆ। ਖੁਦ ਹੀ ਕਰ ਰਿਹਾ ਜੀ, ਆਪਣੀ ਦੋਤੀ ਮੈਂ ਅਰਦਾਸ ਕਰਦਾ ਜੀ ਰੋਜ਼, ਮੈਂ ਉਹਦਾ ਨਾਂ ਲੈ ਕੇ ਕਰਦਾ ਜੀ। ਬੋਲਣ ਲੱਗ ਗਈ ਜੀ ਬੱਚੀ, ਬੋਲ ਰਹੀ ਹੈ ਹੁਣ, ਇੱਕ ਇੱਕ ਅੱਖਰ ਤੋਂ ਦੋ ਦੋ ਅੱਖਰ ਬੋਲਣ ਲੱਗ ਗਈ, ਦੋ ਦੋ ਤਿੰਨ ਤਿੰਨ ਬੋਲ ਰਹੀ ਹੈ। ਅਤੇ ਅਟਕਣ ਦਾ ਵੀ ਕਾਰਨ ਸੀ ਇੱਥੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਬੌੜੀ ਸਾਹਿਬ ਬਣਾਈ ਹੈ, ਇਸ ਪੰਜੋਖਰਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ ਵੀ ਉਹੀ ਬਰਕਤਾਂ ਵਰਤ ਰਹੀਆਂ ਨੇ ਜੋ ਕਿਸੇ ਸਮੇਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੱਥੇ ਛੱਜੂ ਝੀਰ 'ਤੇ ਵਰਤਾਈਆਂ ਸਨ। ਜੋ ਔਰ ਵਿਅਕਤੀ ਚੱਲ ਨਹੀਂ ਸਕਦਾ ਜਾਂ ਬੋਲ ਨਹੀਂ ਸਕਦਾ ਕਿਸੇ ਵੀ ਪ੍ਰਕਾਰ ਦਾ, ਜਿਹਨੂੰ ਕੋਈ ਦੁੱਖ ਹੈ, ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਹੜੇ ਨੇ ਹਰ ਦੁੱਖ ਨੂੰ ਜਿਹੜਾ ਆ ਦੂਰ ਕਰਨ ਦੇ ਸਮਰੱਥ ਨੇ, ਆ ਕੇ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਅੱਜ ਨਾ ਅਸੀਂ ਜਾ ਰਹੇ ਹਾਂ ਗੁਰਦੁਆਰਾ ਪੰਜੋਖਰਾ ਸਾਹਿਬ, ਅੱਠਵੇਂ ਪਾਤਸ਼ਾਹ ਜੀ ਦਾ ਜਿਹੜਾ ਉਹ ਆਪਣਾ ਗੁਰਦੁਆਰਾ ਸਾਹਿਬ ਆ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ। ਅਤੇ ਜਿਸ ਤਰ੍ਹਾਂ ਆਪਾਂ ਰੋਜ਼ ਜਿਹੜਾ ਅਰਦਾਸ 'ਚ ਸ਼੍ਰੀ ਹਰਕ੍ਰਿਸ਼ਨ ਧਿਆਈ ਆ, ਜਿੱਥੇ ਸਭ ਦੁੱਖ ਜਾਏ, ਅਤੇ ਬਹੁਤ ਜਣੇ ਜਿਹੜੇ ਆ ਉਹਨਾਂ ਦੇ ਦੁੱਖ ਉੱਥੇ ਜਿਹੜੇ ਨਿਵਾਰਨ ਹੋਏ, ਗੁੰਗੇ ਬੋਲੇ ਜਿਹੜੇ ਆ ਉੱਥੇ ਬੋਲਦੇ ਜਿਹੜੇ ਆ ਨਾ, ਆਮ ਜਿਹੜੇ ਆ ਨਾ ਦੇਖੇ ਗਏ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪੰਜ ਐਤਵਾਰ ਜਿਹੜੇ ਨਾ ਇਸ਼ਨਾਨ ਜਿਹੜਾ ਕਰਦਾ ਅਤੇ ਉਹ ਤੋਂ ਬਾਅਦ ਅਰਦਾਸ ਕਰਦਾ, ਅਤੇ ਗੁਰੂ ਸਾਹਿਬ ਦਾ ਜਿਹੜਾ ਵਾਰ ਆ ਉਹਦੇ ਹਿਸਾਬ ਨਾਲ ਜਿਹੜਾ ਵਾ ਉਹ ਮਤਲਬ ਉਹਨਾਂ ਦਾ ਅਰਦਾਸ ਪੂਰੀ ਹੁੰਦੀ ਆ। ਅਤੇ ਚਲੋ ਆਪਾਂ ਹੁਣ ਇੱਥੋਂ ਅੰਮ੍ਰਿਤਸਰ ਤੋਂ ਚੱਲੇ ਹਾਂ ਜੀ, 255 ਕਿਲੋਮੀਟਰ ਦੂਰ ਆ ਇੱਥੋਂ, ਲਗਭਗ ਅਸੀਂ 4.5 ਘੰਟਿਆਂ 'ਚ ਪਹੁੰਚਾਂਗੇ। ਆਹ ਜੇ ਗੋਲਡਨ ਗੇਟ ਅੰਮ੍ਰਿਤਸਰ, ਇੱਥੋਂ ਆਪਾਂ ਹੁਣ ਚੱਲੇ ਹਾਂ ਅਤੇ ਨਤਮਸਤਕ ਹੁਣ ਚੱਲੇ ਹਾਂ ਪੰਜੋਖਰਾ ਸਾਹਿਬ, ਅਤੇ ਮਿਲਦੇ ਰਹਾਂਗੇ ਰਸਤੇ। ਜਹਾਜ਼ ਵਾਲਾ ਰੈਸਟੋਰੈਂਟ ਜੇ ਆ ਜੀ, ਹਵੇਲੀ ਜੀ, ਜਿਹੜਾ ਅੰਮ੍ਰਿਤਸਰੋਂ ਬਾਹਰ ਨਿਕਲਦੇ ਹਾਂ ਨਾ ਹਵੇਲੀ ਆਉਂਦੀ ਆ ਉਹ ਜੇ, ਇੱਥੇ ਵੀ ਰੌਣਕ ਹੈਗੀ ਆ ਕਾਫੀ। ਬਿਆਸ ਦਰਿਆ ਜੀ, ਇਹ ਜੀ ਜੰਗੇ ਆਜ਼ਾਦੀ ਸਮਾਰਕ ਕਰਤਾਰਪੁਰ ਜਲੰਧਰ, ਅਤੇ ਸੜਕ ਤੋਂ ਲੰਘਦੇ ਹਾਂ, ਖੂਬਸੂਰਤ ਨਜ਼ਾਰਾ ਜਿਹੜਾ ਇਹ ਦਿਖਦਾ ਇਹਦਾ ਵੀ। ਆ 62 ਕੈਸਲ ਆ ਪੰਡੋਖਰਾ ਸਾਹਿਬ ਦਾ ਜਿਹੜਾ ਪਹਿਲਾ ਰਸਤਾ ਨਾ ਜਿਹੜਾ ਇਹ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਜਾਂਦਾ ਵਾ, ਅਤੇ ਸਿੱਧਾ ਜਿਹੜਾ ਨਾ ਇਹ ਡਿਓੜੀ ਸਾਹਿਬ ਦੇ ਤੱਕਰੇ ਦੀ ਪਹੁੰਚ ਆ, ਅਤੇ ਦੂਸਰਾ ਰਸਤਾ ਵੀ ਮੈਂ ਨਾ ਤੁਹਾਨੂੰ ਦੂਜੇ ਪਾਸੋਂ ਵਿਖਾਉਂਦਾ ਜੀ। ਇਹ ਨਾ ਦੂਸਰਾ ਰਸਤਾ ਜੀ, ਜਦੋਂ ਆਪਾਂ ਨਰਾਇਣਗੜ੍ਹ ਨੂੰ ਜਾਂਦੇ ਹਾਂ ਨਾ, ਅੰਬਾਲੇ ਤੋਂ ਨਰਾਇਣਗੜ੍ਹ ਨੂੰ, ਉਹ ਸੜਕ 'ਤੇ ਜਾਂ ਪੰਜੋਖਰਾ ਸਾਹਿਬ ਤੋਂ 300 ਗਜ਼ ਅੱਗੇ ਜਾ ਕੇ ਨਾ, ਅਤੇ ਇਹ ਪੰਜੋਖਰਾ ਸਾਹਿਬ ਨੂੰ ਇੱਥੋਂ ਰਸਤਾ ਇਹਨਾਂ ਨੇ ਨਵਾਂ ਕੱਢਿਆ ਜੇ, ਅਤੇ ਕਾਫੀ ਵੱਡੀ ਖੁੱਲ੍ਹੀ ਸੜਕ ਆ, ਅਤੇ ਜਦੋਂ ਐਤਵਾਰ ਵਾਲੇ ਦਿਨ ਆ ਉਹ ਤਾਂ ਇਸੇ ਰਸਤੇ ਆਉਣਾ ਬੰਦ ਆ, ਅਤੇ ਕਿਉਂਕਿ ਐਤਵਾਰ ਬਹੁਤ ਰਸ਼ ਹੁੰਦਾ ਅਤੇ ਪਿੰਡ ਦੇ ਵਿੱਚੋਂ ਦੀ ਰਸਤਾ ਜਿਹੜਾ ਨਾ ਉਹ ਬਹੁਤ ਭੀੜਾ ਪੈ ਜਾਂਦਾ। ਹਰਕ੍ਰਿਸ਼ਨ ਖਾਲਸਾ ਕਾਲਜ ਜਿਹੜਾ ਪੰਡੋਖਰਾ ਸਾਹਿਬ ਆ, ਅਤੇ ਐਤਵਾਰ ਵਾਲੇ ਦਿਨ ਬਹੁਤੀਆਂ ਗੱਡੀਆਂ ਤਾਂ ਇੱਥੇ ਲੱਗਣੀਆਂ, ਅਤੇ ਨਹੀਂ ਤਾਂ ਖੱਬੇ ਹੱਥ ਮੁੜ ਕੇ ਅਤੇ ਅੱਗੇ ਜਿਹੜਾ ਨਾ ਫਿਰ ਗੁਰਦੁਆਰਾ ਸਾਹਿਬ ਜਿਹੜਾ ਆ ਜਾਂਦਾ ਵਾ। ਆ ਜਿਸ ਤਰ੍ਹਾਂ ਮੈਂ ਮੁੜਦਾ ਅਤੇ ਇਹ ਅੱਗੇ ਫਿਰ ਪੰਡੋਖਰਾ ਸਾਹਿਬ ਨੂੰ ਜਿਹੜੇ ਪਾਰਕਿੰਗ 'ਚ ਚੱਲ ਜੂਗਾ ਗੁਰਦੁਆਰਾ ਸਾਹਿਬ ਦੀ। ਗੁਰਦੁਆਰਾ ਪੰਡੋਖਰਾ ਸਾਹਿਬ ਅੱਠਵੇਂ ਪਾਤਸ਼ਾਹ ਜੀ ਦੇ ਦਰ 'ਤੇ ਆਪਾਂ ਪਹੁੰਚੇ ਹਾਂ, ਅਤੇ ਆ ਰਹਿਰਾ ਸਾਹਿਬ ਜਿਹੜੀ ਆ ਟਾਈਮ ਹੋ ਚੁੱਕਾ, ਅਤੇ ਇਸ ਲਈ ਆ ਸਾਹਮਣੇ ਡਿਓੜੀ ਆ, ਅਤੇ ਡਿਓੜੀ ਤੋਂ ਅੰਦਰ ਚੱਲ ਕੇ ਮੈਂ ਤੁਹਾਨੂੰ ਸਾਰੇ ਦਰਸ਼ਨ ਕਰਾਉਂਦਾ। ਹਾਂਜੀ,
ਅਤੇ ਆਹ ਕਾਰ ਪਾਰਕਿੰਗ ਆ ਨਾਲ, ਅਤੇ ਆਹ ਪਿੱਛੇ ਜਿਹੜਾ ਉਹ ਬਾਜ਼ਾਰ ਆਉਂਦਾ ਗੁਰੂ ਘਰ ਦੇ, ਆਹ ਦਿਉੜੀ ਤੋਂ ਅੱਗੇ ਜਾ ਕੇ ਦਰਸ਼ਨ ਜਿਹੜੇ ਇਸ ਤਰ੍ਹਾਂ ਹੁੰਦੇ ਆ, ਅਤੇ ਆਹ ਇਹਦੇ ਨਾਲ ਹੀ ਦੀਵਾਨ ਹਾਲ ਆ ਉੱਪਰ, ਆਹ ਛੋਟਾ ਜਿਹਾ ਪਾਰਕ ਬਣਿਆ ਲਾਗੇ। ਆਹ ਰਾਤ ਦਾ ਨਜ਼ਾਰਾ ਜਿਹੜਾ ਨਾ ਉਹ ਵੱਖਰਾ ਹੀ ਆ। ਪਿੱਛੇ ਜਿਹੜਾ ਹੈਗੀ ਨਾ ਦੇਸੀ ਕਾਫੀ ਅੱਗੇ ਜਾ ਕੇ ਇਹ ਸਰਾਮ ਆ ਹੈਂਦੀ, ਅਤੇ ਠੀਕ ਆ ਕਮਰੇ ਅਟੈਚ, ਬਾਥਰੂਮ ਵਾਲੇ ਆ, ਅਤੇ ਚੱਲ ਸਕਦਾ ਗੁਜ਼ਾਰਾ। ਅਤੇ ਆਹ ਵੇਖੋ ਸਾ ਆਹ ਗੁਰੂ ਦਾ ਦਰ ਆ, ਹਾਂਜੀ ਗੁਰੂ ਮਹਾਰਾਜ ਜਿਹੜਾ ਨਾ ਬਹੁਤ ਬੇਨਤ ਆ, ਗੂੰਗੇ ਬੋਲਿਆਂ ਨੂੰ ਜਿਹੜਾ ਨਾ ਇੱਥੇ ਨਿੱਕੇ ਬੱਚਿਆਂ ਨੂੰ ਬਹੁਤ ਬੱਚੇ ਜਿਹੜੇ ਉਹ ਰਾਜੀ ਹੋਏ। ਗੁਰਦੁਆਰਾ ਸਾਹਿਬ ਦੇ ਨਾ ਰਾਤ ਨੂੰ ਜਿਹੜਾ ਇਸ ਤਰ੍ਹਾਂ ਦੇ ਆਪਣਾ ਸਾਰਾ ਦ੍ਰਿਸ਼ ਜਿਹੜਾ ਨਾ ਉਹ ਨਜ਼ਰ ਆਉਂਦਾ, ਬਹੁਤ ਆਨੰਦਮਈ ਸਮਾਂ ਜੀ। ਅਤੇ ਅੰਦਰ ਕੀਰਤਨ ਹੋ ਰਿਹਾ, ਰਹਿਰਾ ਸਾਹਿਬ ਹੋ ਗਈ ਆ, ਅਤੇ ਆਹ ਲੰਗਰ ਹਾਲ ਦੀ ਇਮਾਰਤ ਆ ਜਿਹੜੀ ਪਿਛਲੇ ਪਾਸੇ ਦਿਖਦੀ ਆ, ਅਤੇ ਅੱਗੇ ਉਹ ਨਾਲ ਹੀ ਫਿਰ ਜਿਹੜਾ ਆਹ ਦਫ਼ਤਰ ਆ ਜਿੱਥੋਂ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਪ੍ਰਬੰਧ ਦੇਖਦੇ ਆ। ਇਹ ਪਵਿੱਤਰ ਸਰੋਵਰ ਹੈ ਜੀ, ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖ ਨਿਵਾਰਨ ਕਰਦੀਆਂ, ਅਤੇ ਗੂੰਗੇ ਬਹਿਰੇ ਬੱਚੇ ਜਿਹੜੇ ਨਾ ਉਹ ਵੀ ਬੋਲਣਾ ਸ਼ੁਰੂ ਕਰ ਦਿੰਦੇ। ਆਹ ਜਿਹੜਾ ਦੀਵਾਨ ਹਾਲ ਹੈ ਨਾ ਇਹ ਛੱਜੂ ਝੀਵਰ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ, ਹੈ ਜੀ ਗੂੰਗਾ ਬਹਿਰਾ ਸੀ ਅਤੇ ਉਹ ਮਹਾਰਾਜ ਦੇ ਆਸ਼ੀਰਵਾਦ ਨਾਲ ਸਭ ਠੀਕ ਹੋ ਗਿਆ ਸੀ, ਅਤੇ ਉਹਨੇ ਭਗਵਤ ਗੀਤਾ ਦੇ ਜਿਹੜੇ ਅਰਥ ਵੀ ਕੀਤੇ ਸੀ ਉਹਦੀ ਯਾਦ 'ਚ ਇਹਨਾਂ ਨੇ ਇਹ ਹਾਲ ਜਿਹੜਾ ਦੀਵਾਨ ਹਾਲ ਜਿਹੜਾ ਨਾ ਉਹ ਬਣਾਇਆ। ਗੁਰਦੁਆਰਾ ਸਾਹਿਬ ਦੇ ਨਾਲ ਹੀ ਨਾ ਆਹ ਲੰਗਰ ਸਾਹਿਬ ਦੀ ਇਮਾਰਤ ਆ, ਆਹ ਸੇਵਾਦਾਰ ਜਿਹੜੇ ਆ ਬਾਹਰ ਥਾਲ ਦੇ ਕੇ ਭੇਜਦੇ ਸਾਰਿਆਂ ਨੂੰ। ਆਹ ਲੰਗਰ ਹਾਲ ਆ, ਕਾਫੀ ਵੱਡਾ ਲੰਗਰ ਹਾਲ ਆ, ਅਤੇ ਕਾਫੀ ਸੰਗਤਾਂ ਜਿਹੜੀਆਂ ਇੱਕੋ ਟਾਈਮ 'ਤੇ ਲੰਗਰ ਛਕ ਸਕਦੀਆਂ। ਆ ਸੰਗਤਾਂ ਜਿਹੜੀਆਂ ਨਾ ਲੰਗਰ ਛਕਣ ਦੀਆਂ ਇਤਿਹਾਸਕ ਨਿਸ਼ਾਨ ਸਾਹਿਬ ਦੇ ਦਰਸ਼ਨਾਂ ਉਪਰੰਤ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਅਤੇ ਭੋਰਾ ਸਾਹਿਬ ਨੂੰ ਜਾਣ ਦਾ ਜਿਹੜਾ ਐਰੋ ਉੱਕਰਿਆ ਹੋਇਆ, ਅਤੇ ਆ ਪੌੜੀਆਂ ਉੱਤਰ ਕੇ ਅਤੇ ਆਪਾਂ ਅੱਗੇ ਜਿਹੜੇ ਆ ਉਹ ਭੋਰਾ ਸਾਹਿਬ ਜੀ ਦਰਸ਼ਨ ਕਰਦੇ ਹਾਂ। ਭੋਰਾ ਸਾਹਿਬ ਦਰਅਸਲ ਇਹ ਪੁਰਾਣੀ ਦਰਬਾਰ ਦੀ ਇਮਾਰਤ ਆ ਜਿਹੜੀ ਪਹਿਲਾਂ ਬਣੀ ਹੋਈ ਆ, ਅਤੇ ਨਵੀਂ ਇਮਾਰਤ ਜਦੋਂ ਇਹਨਾਂ ਨੂੰ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ
ਅਤੇ ਉਸ ਟਾਈਮ 'ਤੇ ਇਹਨਾਂ ਨੇ ਆਹ ਜਿਹੜੀ ਪੁਰਾਣੀ ਇਮਾਰਤ ਆ ਇਹਨੂੰ ਜਿਹੜਾ ਪੂਰੀ ਤਰ੍ਹਾਂ ਉਸੇ ਤਰ੍ਹਾਂ ਪ੍ਰੋਟੈਕਟ ਕੀਤਾ ਜਿਵੇਂ ਤੁਸੀਂ ਆਹ ਵੇਖੋਗੇ ਆ ਪੁਰਾਣੀਆਂ ਇੱਟਾਂ ਜਿਹੜੀਆਂ ਨਾ ਉਸੇ ਤਰ੍ਹਾਂ ਹੀ ਆ ਪੁਰਾਣੀਆਂ ਲੱਗੀਆਂ ਹੋਈਆਂ ਵਾ ਅਤੇ ਇਹ ਪਹਿਲੀ ਉਸੇ ਤਰ੍ਹਾਂ ਇਮਾਰਤ ਬਣੀ ਬਣਾਈ ਰਹਿਣ 'ਤੇ ਇਹਦੇ ਉੱਪਰ ਹੀ ਜਿਹੜੇ ਪਿੱਲਰ ਕੱਢ ਕੇ ਅਤੇ ਬੜੇ ਸ਼ਾਨਦਾਰ ਢੰਗ ਨਾਲ ਜਿਹੜੀ ਉਹ ਨਵੀਂ ਇਮਾਰਤ ਬਣਾ ਲਈ ਗਈ ਆ ਅਤੇ ਇਸ ਪਹਿਲੀ ਇਮਾਰਤ ਨੂੰ ਜਿਹੜੀ ਉਹ ਬਿਲਕੁਲ ਨਹੀਂ ਛੇੜਿਆ ਗਿਆ ਅਤੇ ਇੱਥੇ ਸੰਗਤਾਂ ਬਹਿ ਕੇ ਜਿਹੜੇ ਨਾ ਸਵੇਰ ਦੇ ਟਾਈਮ 'ਤੇ ਨਿਤਨੇਮ ਕਰਦੀਆਂ ਅਤੇ ਬਹੁਤ ਆਨੰਦ ਆਉਂਦਾ ਅਤੇ ਬਹੁਤ ਹੀ ਜੇ ਤੁਸੀਂ ਆਓ ਤਾਂ ਇੱਥੇ ਬਹਿ ਕੇ ਜਦੋਂ ਨਿਤਨੇਮ ਕਰੋਗੇ ਤਾਂ ਬੜੀ ਇਕਾਗਰਤਾ ਮਿਲੇਗੀ ਮਹਾਰਾਜ ਦੀ ਬਹੁਤ ਕਿਰਪਾ ਇਸ ਜਗ੍ਹਾ ਨੂੰ ਅਤੇ ਆਹ ਵੇਖੋ ਪੁਰਾਣੀਆਂ ਇੱਟਾਂ ਉਸੇ ਤਰ੍ਹਾਂ ਜਿਹੜੀਆਂ ਲੱਗੀਆਂ ਹੋਈਆਂ। ਸਨਮਾਨਯੋਗ ਗੁਰੂ ਸਵਾਰੀ ਸਾਹਿਬ ਸੰਗਤ, ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਅਮਾਲਾ, ਇਹ ਉਹ ਅਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ 1720 ਸੰਮਤ 7-8-9 ਮਾਘ ਸੁਦੀ ਨੂੰ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦਿਆਂ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨਗਰ ਪੰਜੋਖਰਾ ਸਾਹਿਬ ਦੇ ਬਾਹਰ ਡਾਂਗਰੀ ਨਗਰ ਨਦੀ ਦੇ ਕਿਨਾਰੇ ਸਤਿਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਜੋ ਜਥਾ ਲੈ ਕਰਕੇ ਜਾ ਰਹੇ ਸਨ ਉਹਦਾ ਇੱਥੇ ਰੁਕਾਓ ਕੀਤਾ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਡੇਰਾ ਲਾਇਆ ਅਤੇ ਨਗਰ ਦਾ ਵਸਨੀਕ ਲਾਲ ਚੰਦ ਪੰਡਿਤ ਜੋ ਬਹੁਤ ਵਿਦਵਾਨ ਸੀ ਅਤੇ ਉਸਨੇ ਜਦੋਂ ਨਗਰ ਦੇ ਵਿੱਚ ਰੌਣਕ ਦੇਖੀ, ਸੰਗਤਾਂ ਦੀ ਆਮਦ ਦੇਖੀ ਅਤੇ ਪੁੱਛਣਾ ਕੀਤਾ ਕਿ ਇੱਥੇ ਬਹੁਤ ਵੱਡਾ ਇਕੱਠ ਹੈ, ਬੜੀ ਸੰਗਤ, ਬੜੇ ਲੋਕ ਆ ਰਹੇ ਹਨ, ਅਤੇ ਸਵਾਲ ਕੀਤਾ ਵੀ ਇੱਥੇ ਕੌਣ ਆਇਆ ਹੋਇਆ ਹੈ, ਤਾਂ ਸੰਗਤਾਂ ਨੇ ਦੱਸਣਾ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਦੇ 8ਵੇਂ ਵਾਰਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਨੇ, ਉਹਨਾਂ ਦੀ ਆਰਯੂ ਬਹੁਤ ਛੋਟੀ ਹੈ ਅਤੇ ਉਹਨਾਂ ਦਾ ਨਾਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ। ਜਦੋਂ ਸਤਿਗੁਰਾਂ ਦਾ ਨਾਮ ਸੁਣਿਆ ਤਾਂ ਪੰਡਿਤ ਦੇ ਮਨ ਵਿੱਚ ਸ਼ੰਕਾ ਉਤਪੰਨ ਹੋਇਆ, ਸਿੱਖਾਂ ਨੇ ਜਾ ਕੇ ਸਤਿਗੁਰਾਂ ਜੀ ਨੂੰ ਦੱਸਣਾ ਕੀਤਾ ਕਿ ਮਹਾਰਾਜ ਬਾਹਰ ਪੰਡਿਤ ਆਇਆ ਜੋ ਆਪ ਜੀ 'ਤੇ ਸ਼ੰਕਾ ਕਰਦਾ। ਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ ਕਿ ਜਾਓ ਪੰਡਿਤ ਨੂੰ ਸਾਡੇ ਪਾਸ ਬੁਲਾਓ। ਪੰਡਿਤ ਨੂੰ ਬੁਲਾਇਆ ਗਿਆ, ਜਿਹੜੀਆਂ ਪੰਡਿਤ ਬਾਹਰ ਸਿੱਖਾਂ ਦੇ ਨਾਲ ਗੱਲਾਂ ਕਰ ਰਿਹਾ ਸੀ ਉਹੀ ਜਾ ਕੇ ਗੱਲਾਂ ਗੁਰੂ ਸਾਹਿਬਾਂ ਦੇ ਨਾਲ ਕੀਤੀਆਂ ਕਿ ਤੁਸੀਂ ਦੁਆਪਰ ਦੇ ਅਵਤਾਰ ਕ੍ਰਿਸ਼ਨ ਦੇ ਨਾਲੋਂ ਵੱਡਾ ਨਾਂ ਰਖਾਇਆ, ਕੀ ਤੁਸੀਂ ਭਗਵਦ ਗੀਤਾ ਦੇ ਅਰਥ ਅਤੇ ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਪੰਡਿਤ ਜੀ, ਤੁਹਾਡੇ ਹਰ ਸਵਾਲ ਦਾ ਜਵਾਬ ਅਤੇ ਗੀਤਾ ਦੇ ਅਰਥ ਕਰ ਸਕਦੇ ਹਾਂ, ਪਰ ਤੁਹਾਡਾ ਸ਼ੰਕਾ ਨਿਵਿਰਤ ਨਹੀਂ ਹੋਵੇਗਾ। ਕਾਰਨ ਕਿ ਗੁਰੂ ਪੋਤਰੇ ਗੁਰੂ ਪੁੱਤਰ ਅਤੇ ਹੁਣ ਖੁਦ ਗੁਰੂ ਨੇ ਕਿਸੇ ਨੂੰ ਰੱਖ ਕੇ ਸਿੱਖ ਲਿਆ ਹੋਵੇਗਾ, ਸੁਣ ਲਿਆ ਹੋਵੇਗਾ, ਇਸ ਕਰਕੇ ਮੇਰੇ ਸਵਾਲਾਂ ਦਾ ਜਵਾਬ ਦਿੱਤਾ। ਪੰਡਿਤ ਜੀ, ਤੁਸੀਂ ਆਪਣੇ ਨਗਰ ਦੇ ਵਿੱਚ ਜਾਓ, ਕਿਸੇ ਐਸੇ ਮਨੁੱਖ ਨੂੰ ਲੈ ਕੇ ਆਓ ਜੋ ਤੁਹਾਡੀ ਬੁੱਧ ਅਨੁਸਾਰ ਕੁਝ ਨਾ ਜਾਣਦਾ ਹੋਵੇ, ਅਸੀਂ ਉਸ ਦੇ ਪਾਸੋਂ ਗੀਤਾ ਦੇ ਅਰਥ ਤੇਰੇ ਸਵਾਲਾਂ ਦਾ ਜਵਾਬ ਦੇਵਾਂਗੇ। ਪੰਡਿਤ ਨਗਰ ਵਿੱਚ ਗਿਆ, ਇੱਕ ਐਸੇ ਮਨੁੱਖ ਨੂੰ ਲੈ ਕੇ ਆਇਆ, ਨਾ ਬੋਲ ਸਕਦਾ ਸੀ ਅਤੇ ਨਾ ਸੁਣ ਸਕਦਾ ਸੀ ਅਤੇ ਸਰੀਰ ਕਰਕੇ ਵੀ ਨਿਰਬਲ ਸੀ ਅਤੇ ਅਨਪੜ੍ਹ ਗਵਾਰ ਸੀ। ਤਾਂ ਜਦੋਂ ਸਤਿਗੁਰਾਂ ਦੇ ਸਨਮੁਖ ਲਿਆ ਕੇ ਖੜ੍ਹਾ ਕੀਤਾ ਕਿ ਮਹਾਰਾਜ ਇਹਦੇ ਪਾਸੋਂ ਗੀਤਾ ਦੇ ਅਰਥ 'ਤੇ ਮੇਰੇ ਸਵਾਲਾਂ ਦਾ ਜਵਾਬ ਦਵਾਵੋ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਿਕਟਵਰਤੀ ਸਿੱਖਾਂ ਨੂੰ ਕਹਿਣਾ ਕੀਤਾ ਕਿ ਜਾਓ ਸਾਹਮਣੇ ਜੋ ਛਪੜੀ ਰੂਪ ਪਾਣੀ ਰੁਕਿਆ ਹੋਇਆ ਉਹਦੇ ਵਿੱਚ ਇਹਨੂੰ ਇਸ਼ਨਾਨ ਕਰਾਓ, ਸਾਫ਼ ਸੁਥਰੇ ਵਸਤਰ ਪਹਿਨਾ ਕੇ ਲਿਆਓ,
ਇਸੇ ਤਰ੍ਹਾਂ ਕੀਤਾ ਗਿਆ। ਸਾਫ਼ ਸੁਥਰੇ ਵਸਤਰ ਪਹਿਨਾਏ ਗਏ, ਇਸ਼ਨਾਨ ਕਰਾਇਆ ਗਿਆ, ਸਤਿਗੁਰਾਂ ਦੇ ਹਜ਼ੂਰ ਲਿਆਂਦਾ। ਆਸ ਪਾਸ ਸਾਰੀਆਂ ਸੰਗਤਾਂ ਬੈਠੀਆਂ ਨੇ, ਲਾਲ ਚੰਦ ਪੰਡਿਤ ਬੈਠਾ ਹੈ, ਛੱਜੂ ਝੀਵਰ ਨੂੰ ਵੀ ਸਤਿਗੁਰਾਂ ਨੇ ਕੋਲ ਬਿਠਾਇਆ ਹੈ। ਅਤੇ ਮਹਾਰਾਜ ਨੇ ਹੁਕਮ ਕੀਤਾ ਕਿ ਲਾਲ ਚੰਦ ਪੰਡਿਤ ਜੀ, ਆਪ ਗੀਤਾ ਦਾ ਸਲੋਕ ਉਚਾਰਨ ਕਰੋ, ਤੇਰੇ ਹਰ ਸਵਾਲ ਦਾ ਜਵਾਬ ਅਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ। ਇੱਧਰੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥ ਦੀ ਛੱਡੀ ਛੱਜੂ ਦੇ ਸਿਰ 'ਤੇ ਧਰੀ। ਇੱਧਰੋਂ ਲਾਲ ਚੰਦ ਪੰਡਿਤ ਨੇ ਸਲੋਕ ਪੜ੍ਹਨਾ ਕੀਤਾ। ਝੱਟ ਹੀ ਐਸੇ ਦਿਵ ਦ੍ਰਿਸ਼ਟੀ ਅਰਥ ਛੱਜੂ ਝੀਵਰ ਨੇ ਕੀਤੇ ਕਿ ਪੰਡਿਤ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਮੇਰੇ ਪਿੰਡ ਦਾ ਵਸਨੀਕ ਹੈ, ਅਨਪੜ੍ਹ ਗਵਾਰ ਹੈ, ਪਰ ਇਹਨੇ ਐਸੇ ਦਿਵ ਦ੍ਰਿਸ਼ਟੀ ਅਰਥ ਕੀਤੇ ਹਨ ਕਿ ਮੇਰੇ ਪਾਸੋਂ ਵੀ ਇਹੋ ਜਿਹੇ ਕਦੀ ਅਰਥ ਨਹੀਂ ਹੋਏ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਨਮੁਖ ਜਦੋਂ ਦੂਜਾ ਸਲੋਕ ਪੜ੍ਹਿਆ ਅਤੇ ਉਹ ਅਗਲੀਆਂ ਪੰਕਤੀਆਂ ਪਿੱਛੇ ਪਿਛਲੀਆਂ ਅੱਗੇ ਪੜ੍ਹਨ ਲੱਗਾ ਅਤੇ ਗੀਤਾ ਦੀ ਬਾਣੀ ਗਲਤ ਪੜ੍ਹੀ, ਤਾਂ ਉਸੇ ਸਮੇਂ ਸੱਜੂ ਝੀਵਰ ਨੇ ਰੋਕ ਕੇ ਕਹਿਣਾ ਕੀਤਾ ਕਿ ਪੰਡਿਤ ਜੀ, ਇਤਨੇ ਵੱਡੇ ਗਿਆਨੀ ਹੋ ਕੇ ਗੀਤਾ ਦੀ ਬਾਣੀ ਗਲਤ ਪੜ੍ਹ ਰਹੇ ਹੋ, ਇਹਦਾ ਉਚਾਰਨ ਇੱਦਾਂ ਨਹੀਂ, ਇੱਦਾਂ ਹੈ। ਤਾਂ ਪੰਡਿਤ ਦਾ ਜਿਹੜਾ ਮਨ ਦਾ ਹਉਮੈ ਅਹੰਕਾਰ ਸੀ ਉਹ ਦੂਰ ਹੋ ਗਿਆ ਅਤੇ ਗੁਰੂ ਚਰਨਾਂ 'ਤੇ ਢਹਿ ਪਿਆ ਅਤੇ ਆਪਣਾ ਸਿੱਖ ਬਣਾਇਆ ਅਤੇ ਫਿਰ ਉਸ ਨੂੰ ਇਸ ਇਲਾਕੇ ਵਿੱਚ ਪ੍ਰਚਾਰਕ ਥਾਪਿਆ ਅਤੇ ਲੰਮਾ ਸਮਾਂ ਉਸਨੇ ਇਸ ਇਲਾਕੇ ਵਿੱਚ ਪ੍ਰਚਾਰ ਕੀਤਾ ਅਤੇ ਇਤਿਹਾਸ ਵਿੱਚ ਦੱਸਦੇ ਹਨ ਕਿ ਸਮਾਂ ਬਤੀਤ ਹੋਇਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੰਗਤ ਵਿੱਚ ਆਇਆ ਅਤੇ ਉੱਥੇ ਨੇ ਅੰਮ੍ਰਿਤ ਛਕਿਆ ਅਤੇ ਲਾਲ ਸਿੰਘ ਬਣਿਆ ਅਤੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ। ਬਾਲਾ ਪ੍ਰੀਤਮ ਜੀ ਨੇ ਇੱਥੇ ਅਲੌਕਿਕ ਵਰਤਾਇਆ ਕਿ ਬੱਚੇ ਬੋਲ ਸੁਣ ਨਹੀਂ ਸੀ ਸਕਦੇ ਅਤੇ ਸਤਿਗੁਰੂ ਜੀ ਨੇ ਵਰਦਾਨ ਦਿੱਤਾ। ਉਹ ਵਰਦਾਨ ਅੱਜ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ। ਅੱਜ ਵੀ ਹਜ਼ਾਰਾਂ ਬੱਚੇ ਇੱਥੇ ਆਣ ਕੇ ਸਤਿਗੁਰਾਂ ਦੇ ਪਾਸੋਂ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਰਸਨਾ ਪ੍ਰਾਪਤ ਕਰਦੇ ਨੇ, ਸੁਣਨ ਦੀ ਸਮਰੱਥਾ ਪ੍ਰਾਪਤ ਕਰਦੇ ਨੇ, ਹੋਰ ਵੀ ਨਾਮਰਾਦ ਬਿਮਾਰੀਆਂ ਜਿਹੜੀਆਂ ਨੇ ਉਹ ਅਨੇਕਾਂ ਠੀਕ ਹੁੰਦੀਆਂ ਨੇ। ਜਦੋਂ ਆਪਾਂ ਦਰਬਾਰ ਦੇ ਵਿੱਚ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਅਤੇ ਸੱਜੇ ਹੱਥ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਅਤੇ ਨਿਸ਼ਾਨ ਸਾਹਿਬ ਜਿਹੜਾ ਨਾ ਉਹ ਦਰਬਾਰ ਦੇ ਵਿੱਚ ਹੀ ਲੱਗਾ ਹੈ ਅਤੇ ਛੱਤ ਦੇ ਵਿੱਚੋਂ ਦੀ ਤਾਂ ਗਿਆ ਅਤੇ ਇਹ ਸਾਰਾ ਕੁਛ ਮੈਂ ਮਤਲਬ ਦੂਸਰੇ ਗੁਰੂ ਘਰਾਂ 'ਚ ਇਸ ਤਰ੍ਹਾਂ ਨਹੀਂ ਦੇਖਿਆ। ਤਾਂ ਮੈਂ ਇਹਦੇ ਬਾਰੇ ਜਾਣਕਾਰੀ ਜਦੋਂ ਲਈ ਤਾਂ ਪਿੰਡ ਦੇ ਜਿਹੜੇ ਵਿਦਵਾਨ ਸੱਜਣ ਆ ਜਿਨ੍ਹਾਂ 'ਚ ਦਮਦਮੀ ਟਕਸਾਲ ਦੇ ਸਰਦਾਰ ਕੁਲਦੀਪ ਸਿੰਘ ਜੀ, ਉਹਨਾਂ ਨੇ ਮੈਨੂੰ ਮਤਲਬ ਇਸ ਤਰ੍ਹਾਂ ਇਹਦਾ ਜਿਹੜਾ ਨਾ ਉਹ ਵੇਰਵਾ ਦਿੱਤਾ ਅਤੇ ਇਸ ਤਰ੍ਹਾਂ ਇਤਿਹਾਸ ਦੱਸਿਆ। ਜਦੋਂ ਸਾਧੂ ਸੱਚੇ ਪਾਤਸ਼ਾਹ ਜੀ ਇੱਥੋਂ ਤੁਰ ਕੇ ਦਿੱਲੀ ਨੂੰ ਜਾਣਾ ਸੀ, ਜਿਹੜੀ ਸੰਗਤ ਸੀ ਕਾਬਲ ਤੋਂ ਅਸੀਂ 3000 ਦੇ ਲਗਭਗ ਸੰਗਤ ਸੀ ਸਾਧੂ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ, ਅੱਠਵੇਂ ਪਾਤਸ਼ਾਹ ਜੀ ਨੇ ਕਿਹਾ ਵੀ ਅਸੀਂ ਤਾਂ ਦਿੱਲੀ ਜਾਣਾ, ਭਾਈ ਜਿਹੜੀ ਸੰਗਤ ਹੈ ਇੱਥੇ ਹੀ ਵਾਪਸ ਚਲੇ ਜਾਓ ਆਪਣੇ ਘਰਾਂ ਨੂੰ। ਸੰਗਤ ਲੱਗੀ ਕਹਿਣ ਗੁਰੂ ਘਰ ਦੇ ਪ੍ਰਤੀ ਦਿੱਲੀ ਦਾ ਤਖ਼ਤ ਬਹੁਤ ਵਿਰੁੱਧ ਹੈ, ਐਸਾ ਨਾ ਹੋਏ ਤੁਹਾਡੇ ਨਾਲ ਵਧੀਕੀ ਕਰਦੇ, ਅਸੀਂ ਸਾਰੇ ਨਾਲ ਜਾਣਾ ਤੁਹਾਡੇ। ਅਤੇ ਉਹ ਕਹਿੰਦੇ ਨਹੀਂ ਭਾਈ ਇੱਥੋਂ ਹੀ ਵਾਪਸ ਚਲੇ ਹੋ, ਅਸੀਂ ਮਾਤਾ ਕਿਸ਼ਨ ਕੌਰ ਦੇ ਪੰਜ ਸਿੰਘ ਸੀ, ਭਾਈ ਸਤੀ ਰਾਮ ਜੀ, ਭਾਈ ਗੁਰਬਖਸ਼ ਸਿੰਘ ਜੀ, ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ ਛੇਵੀਂ ਸੰਗਤ ਸਿੰਘ ਜੀ, ਸੰਤ ਰਾਮ ਜੀ, ਪੰਜ ਸਿੰਘ, ਛੇਵੇਂ ਮਾਤਾ ਕ੍ਰਿਸ਼ਨ ਕੌਰ ਜੀ, ਉਹਨਾਂ ਨੇ ਨਾਲ ਸਤਿਗੁਰਾਂ ਦੇ ਤੋਂ ਚਾਲੇ ਪਏ ਭਾਈ ਸਾਹਿਬ ਤੋਂ ਪੁੱਛਿਆ। ਉਹ ਫਿਰ ਜਦੋਂ ਮਹਾਰਾਜ ਲੱਗੇ ਕਹਿਣ ਵੀ ਤੁਸੀਂ ਪਿੱਛੇ ਚਲੇ ਜਾਓ, ਵੀ ਆਪਣੇ ਘਰਾਂ ਨੂੰ ਚਲੇ ਜਾਓ, ਉਹ ਕਹਿੰਦੇ ਮਹਾਰਾਜ ਆਪ ਦੇ ਦਰਸ਼ਨਾਂ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਾਧੂ ਸੱਚੇ ਪਾਤਸ਼ਾਹ ਜੀ ਤਖ਼ਤ ਤੋਂ ਉੱਠੇ ਜਿੱਥੇ ਉੱਥੇ ਬੈਠੇ ਸੀ, ਉਹ ਉੱਠੇ ਉੱਥੇ ਜਿੱਥੇ ਹੁਣ ਨਿਸ਼ਾਨ ਸਾਹਿਬ ਲੱਗਿਆ ਹੋਇਆ, ਉੱਥੇ ਹੱਥਾਂ ਦੇ ਨਾਲ ਮਹਾਰਾਜ ਨੇ ਰੇਤੇ ਦੀ ਢੇਰੀ ਬਣਾ ਕੇ ਉੱਥੇ ਨਿਸ਼ਾਨ ਸਾਹਿਬ ਕਰਤਾ, ਉੱਥੇ ਵਰ ਦਿੱਤਾ ਸਾਧੂ ਸੱਚੇ ਪਾਤਸ਼ਾਹ ਜੀ ਨੇ, ਜਿਸ ਕਿਸੇ ਨੇ ਸਾਡੇ ਦਰਸ਼ਨ ਕਰਨੇ ਇਸ ਸਥਾਨ ਦੇ ਦਰਸ਼ਨ ਕਰੇ, ਜਿਸ ਕਿਸੇ ਨੇ ਸਾਡੇ ਕੋਲੋਂ ਕੋਈ ਚੀਜ਼ ਮੰਗਣੀ ਇੱਥੇ ਮੰਗੇ, ਤਤ ਛਿੰਨ ਪ੍ਰਾਪਤ ਹੋਵੇਗੀ।
ਜੇ ਕਿਸੇ ਨੇ ਸਾਨੂੰ ਕੋਈ ਅਰਪਣਾ ਇੱਥੇ ਅਰਪੇ, ਅਸੀਂ ਅੰਗੀਕਾਰ ਕਰਾਂਗੇ। ਇਹ ਵਾਰ ਸਾਧੂ ਸੱਚੇ ਪਾਤਸ਼ਾਹ ਨੇ ਇੱਥੇ ਦਿੱਤੇ ਆ। ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ 'ਤੇ ਚਰਨ ਕੁੰਡ ਤੋਂ ਸੱਜੇ ਹੱਥ ਜਦੋਂ ਆਪਾਂ ਜਾਂਦੇ ਹਾਂ ਨਾ, ਅਤੇ ਥੋੜ੍ਹਾ ਅੱਗੇ ਜਾਈਏ ਤਾਂ ਬਹੁਤ ਮਤਲਬ ਪੁਰਾਣਾ ਜਿਹੜਾ ਖੂਹ ਆ ਨਾ, ਜਿਹਦੀ ਚੰਗੇ ਢੰਗ ਨਾਲ ਸੰਭਾਲ ਕੀਤੀ ਹੋਈ ਆ, ਉਹ ਆਪਾਂ ਨੂੰ ਨਜ਼ਰ ਆਉਂਦਾ। ਅਤੇ ਇਹ ਮੈਂ ਸਰਦਾਰ ਭਰਪੂਰ ਸਿੰਘ ਜਿਹੜੇ ਸੈਕਟਰੀ ਆ ਧਰਮ ਪ੍ਰਚਾਰ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਇਹਦੇ ਦਰਸ਼ਨ ਕਰਾਏ ਆ। ਅਤੇ ਜਿਹੜੇ ਵਿਦਵਾਨ ਸੱਜਣ ਆ ਉਹਨਾਂ ਨੇ ਜਿਹੜਾ ਇਹਦਾ ਇਤਿਹਾਸ ਜਿਹੜਾ ਨਾ, ਉਹ ਕੁਝ ਮਤਲਬ ਇਸ ਤਰ੍ਹਾਂ ਦੱਸਿਆ ਤੁਹਾਨੂੰ, ਇਹਦੀ ਸਾਂਝ ਜਿਹੜੀ ਆ ਨਾ, ਉਹ ਵਿਦਵਾਨਾਂ ਦੇ ਜਿਹੜੇ ਵਿਚਾਰ ਆ ਉਹਨਾਂ ਨਾਲ ਪਾਉਂਦੇ ਹਾਂ, ਅਤੇ ਸੁਣੋ ਇਹਨਾਂ ਦੇ ਜਿਹੜੇ ਵਿਚਾਰ। ਇੱਥੇ ਸਾਧੂ ਸੱਚੇ ਪਾਤਸ਼ਾਹ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਜਦੋਂ ਆਏ ਆ ਸਤਿਗੁਰੂ ਜੀ, ਉਹ ਆਉਂਦੇ ਆਉਂਦੇ ਪੰਜੋਖੇ ਸਾਹਿਬ ਵਾਲੇ ਅਟਕੇ ਸੀ। ਇੱਥੇ ਅਟਕਣ ਦਾ ਵੀ ਕਾਰਨ ਸੀ, ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਬੌੜੀ ਸਾਹਿਬ ਬਣਾਈ ਹੈ, ਉਸ ਸਮੇਂ ਦੇ ਵਿੱਚ ਮਹਾਰਾਜ ਜੀ ਨੇ ਬੌੜੀ ਸਾਹਿਬ ਦੀ ਸੇਵਾ ਕਰਨ ਵਾਸਤੇ ਚਾਰੇ ਪਾਸੇ ਸੁਨੇਹੇ ਭੇਜ ਦਿੱਤੇ ਸੀ ਕਿ ਇੱਥੇ ਆ ਕੇ ਸੇਵਾ ਕਰੋ। ਸਾਡੇ ਪਿੰਡ ਦੇ ਵਿੱਚੋਂ ਵੀ ਇੱਕ ਸਿੰਘ ਗਿਆ ਸੀ ਪੰਜੋਖੇ ਸਾਹਿਬ ਤੋਂ, ਉੱਥੇ ਪੰਜ ਇੰਟਾਂ ਲੈ ਕੇ ਜਦੋਂ ਗਿਆ, ਉਸ ਸਮੇਂ ਦੇ ਵਿੱਚ ਤੁਰ ਕੇ ਜਾਂਦੇ ਹੋ ਸੀ, ਜਦੋਂ ਉਹ ਪਹੁੰਚਿਆ ਗੋਇੰਦਵਾਲ ਸਾਹਿਬ ਤਾਂ ਬੌਲੀ ਸਾਹਿਬ ਸੰਪੂਰਨ ਹੋ ਚੁੱਕੀ ਸੀ। ਬੌਲੀ ਸਾਹਿਬ ਸੰਪੂਰਨ ਹੋਣ ਤੋਂ ਬਾਅਦ ਸਾਧੂ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਭਾਈ ਨੇ ਵੀ ਮਹਾਰਾਜ ਇਸ ਤਰ੍ਹਾਂ ਕਰਕੇ ਮੈਂ ਤਾਂ ਪੰਜੋਖੇ ਸਾਹਿਬ ਤੋਂ ਆਇਆ, ਮੇਰੀ ਸੇਵਾ ਪ੍ਰਵਾਨ ਕਰੋ। ਉਸ ਮਹਾਰਾਜ ਨੇ ਕਿਹਾ ਵੀ ਇਹ ਭਾਈ ਸੇਵਾ ਤਾਂ ਸੰਪੂਰਨ ਹੋ ਚੁੱਕੀ ਹੈ, ਪਰ ਤੂੰ ਐਂ ਕਰ ਆਪਣੇ ਪਿੰਡ ਦੇ ਚੜ੍ਹਦੇ ਪਾਸੇ ਇਹ ਖੂਹ ਲਵਾ, ਇਹ ਖੂਹ ਜਿਹੜਾ ਅੰਦਰ ਪਿਆ ਜੀ ਲੱਗਿਆ ਅੰਦਰ, ਇਹ ਖੂਹ ਲਵਾ, ਉਹਦੇ ਉੱਥੇ ਅੱਠਵੇਂ ਜਾਮੇ ਦੇ ਵਿੱਚ ਜਲ ਛਕਾਂ ਉਹਨੂੰ ਵਰਤਾਂਗੇ। ਉਸ ਵਚਨ ਨੂੰ ਪੂਰਾ ਕਰਨ ਵਾਸਤੇ ਸਾਧੂ ਸੱਚੇ ਪਾਤਸ਼ਾਹ ਜਦੋਂ ਦਿੱਲੀ ਗਏ ਹੈ, ਔਰੰਗਜ਼ੇਬ ਨੇ ਬੁਲਾਇਆ ਅਤੇ ਸਾਧੂ ਜੀ ਆਉਂਦੇ ਹੋਏ ਇੱਥੇ ਸਟੇਅ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਤਿੰਨ ਇੱਥੇ ਹੀ। ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਦਾ ਇੱਕ ਖੂਹ ਸੀ, ਜਿਸ ਖੂਹ ਦੇ ਜਲ ਦੇ ਨਾਲ ਸੰਗਤਾਂ ਉਸ ਸਮੇਂ ਜਲ ਪਾਨ ਕਰਦੀਆਂ ਸਨ ਔਰ ਜਲ ਵਰਤਦੀਆਂ ਸਨ। ਉਸ ਖੂਹ ਨੂੰ ਅੱਜ ਸਰ ਰਣਜੀਤ ਸਿੰਘ ਹੋਰਾਂ ਨੇ ਦੱਸਿਆ ਔਰ ਉਹ ਖੂਹ ਅਸੀਂ ਦਰਸ਼ਨ ਵੀ ਕੀਤੇ ਹੁਣ ਚੰਗੀ ਤਰ੍ਹਾਂ, ਔਰ ਉਸ ਖੂਹ ਨੂੰ ਅਸੀਂ ਰੈਨੋਵੇਟ ਕਰਵਾ ਕੇ ਸੰਗਤਾਂ ਦੇ ਲਈ ਉਸ ਖੂਹ ਦੇ ਵਿੱਚ ਸਮਰਸੀਬਲ ਪੰਪ ਲਗਾ ਕੇ ਉੱਥੋਂ ਹੀ ਜਲ ਵਰਤਿਆ ਕਰਨਾ। ਗੁਰਦੁਆਰਾ ਸਾਹਿਬ 'ਚ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦਿਦਾਰੇ ਕਰਕੇ ਗੁਰਦੁਆਰਾ ਸਾਹਿਬ 'ਚ ਇਸ਼ਨਾਨ ਕਰਕੇ ਲੱਖਾਂ ਲੋਕ ਜਿਹੜੇ ਆ ਉਹ ਆਪਣੇ ਤੰਦਰੁਸਤ ਹੋ ਚੁੱਕੇ ਹਨ, ਅਤੇ ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਪ੍ਰੇਮੀਆਂ ਨੇ ਜਿਹੜਾ ਉਹ ਸਾਰੀ ਜਿਹੜੀ ਉਹ ਜਾਣਕਾਰੀ ਕੁਝ ਇਸ ਤਰ੍ਹਾਂ ਦੀ। ਮੈਂ ਆਪਣੀ ਦੋਹਤੀ ਦਾ ਜੀ ਖੁਦ ਹੀ ਕਰ ਰਿਹਾ ਜੀ, ਆਪਣੀ ਦੋਹਤੀ ਦੀ ਮੈਂ ਅਰਦਾਸ ਕਰਦਾ ਜੀ ਰੋਜ਼, ਮੈਂ ਉਹਦਾ ਨਾਂ ਲੈ ਕੇ ਕਰਦਾ ਜੀ। ਹਾਂਜੀ ਬੋਲਣ ਲੱਗ ਗਈ ਜੀ ਬੱਚੀ, ਬੋਲ ਰਹੀ ਹੈ ਹੁਣ, ਇੱਕ ਇੱਕ ਅੱਖਰ ਤੋਂ ਦੋ ਦੋ ਅੱਖਰ ਬੋਲਣ ਲੱਗੀ ਹੈ, ਦੋ ਦੋ ਤਿੰਨ ਤਿੰਨ ਬੋਲ ਰਹੀ ਹੈ। ਹਾਂਜੀ ਮਤਲਬ ਸਾਨੂੰ ਉਮੀਦ ਨਹੀਂ ਸੀ ਪਿਛਲੇ ਸਾਲ, ਉਹ ਬੇਟੀ ਆਸਟ੍ਰੇਲੀਆ ਮੇਰੀ, ਉਹ ਇੱਥੇ ਹੀ ਛੱਡ ਗਈ ਸੀ ਉਹਨੂੰ। ਮੈਂ ਆਪਣੇ ਉਹਦੇ ਆਪਣੇ ਬਹੁਤ ਹੈ ਜਿਸ ਤਰ੍ਹਾਂ ਜਿੱਥੇ ਆਪਾਂ ਬਰੀ ਹੈ ਰਾਜਪੁਰੇ ਦੇ ਨਾਲ ਪਿੰਡ, ਉੱਥੇ ਛੱਡ ਕੇ ਗਏ ਸੀਗੇ, ਅਤੇ ਮੈਂ ਇੱਥੇ ਬੁਲਾਉਂਦਾ ਸੀ ਉਹਨਾਂ ਨੂੰ, ਪੰਜ ਐਤਵਾਰ ਵੀ ਬੁਲਾਇਆ ਇੱਥੇ ਮੈਂ, ਬਾਅਦ 'ਚ ਵੀ ਮੈਂ ਤੁਸੀਂ ਆਉਂਦੇ ਰਹੋ ਜਦੋਂ ਤੱਕ ਬੱਚੀ ਬਿਲਕੁਲ ਨੌ ਪੂਰੀ ਸਹੀ ਨਹੀਂ ਹੁੰਦੀ ਜਦੋਂ ਤੱਕ, ਅਤੇ ਮੈਂ ਅਰਦਾਸਾਂ ਬੇਨਤੀਆਂ ਅਸੀਂ ਕਰਦੇ ਰਹਾਂਗੇ, ਮੈਂ ਖੁਦ ਵੀ ਕਰਦਾ ਜੀ, ਮੈਂ ਆਪਣੇ ਇੱਥੇ ਆਪਣੇ ਗ੍ਰੰਥੀ ਸਾਹਿਬ ਤੋਂ ਵੀ ਕਰਾਉਂਦਾ। ਤੀਜਾ ਖੁਦ ਗੁੰਗਾ ਪੈਦਾ ਹੋ ਗਿਆ ਸੀਗਾ ਜੀ, ਉਹ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ, ਗੁਰੂ ਸਾਹਿਬ ਦੇ ਇੱਥੇ ਦਰਸ਼ਨ ਕਰਾਏ, ਅਤੇ ਹੁਣ ਆਰਮੀ 'ਚ ਸਰਵਿਸ ਕਰਦਾ ਉਹ, ਬਿਲਕੁਲ ਠੀਕ ਹੈ। ਮੇਰਾ ਭਾਣਜਾ ਵੀ ਗੁੰਗਾ ਸੀਗਾ, ਹੁਣ ਉਹ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਸਟੈਨੋ ਲੱਗਿਆ ਹੋਇਆ,
ਹਾਂਜੀ ਇਹ ਠੀਕ ਹੋਏ ਜੀ। ਇੱਥੇ ਤਾਂ ਗੁਰੂ ਸਾਹਿਬ ਦੀ ਬਹੁਤ ਅਪਾਰ ਕਿਰਪਾ ਜੀ, ਸੰਗਤ ਅਮਰੀਕਾ ਤੋਂ ਵੀ ਬੰਦੇ ਆਉਂਦੇ ਆ ਜੀ ਛੋਟੇ ਬੱਚਿਆਂ ਨੂੰ ਲੈ ਕੇ, ਸ਼ਰਧਾ ਦੀ ਲੋੜ ਹੈ, ਸਭ ਤੋਂ ਬੜੀ ਗੱਲ ਹੈ ਜੀ। ਬਹੁਤ ਜ਼ਿਆਦਾ ਮਹੱਤਤਾ ਹੈ, ਲਗਭਗ ਦਾਸ ਨੂੰ ਇੱਥੇ ਆਉਂਦਿਆਂ 6-7 ਸਾਲ ਹੋ ਗਏ ਨੇ ਅਤੇ ਦਾਸ ਨੇ ਖੁਦ ਇੱਥੇ ਬਹੁਤ ਆਪਣੀ ਅੱਖੀ ਸੰਗਤਾਂ ਦੇ ਨਾਲ ਜਿਹੜੇ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ, ਜਿਨ੍ਹਾਂ ਨੇ ਆ ਕੇ ਇੱਥੋਂ ਬਹੁਤ ਝੋਲੀਆਂ ਜਿਹੜੀਆਂ ਉਹਨਾਂ ਦੀਆਂ ਭਰੀਆਂ ਨੇ ਮਹਾਰਾਜ ਨੇ, ਅਤੇ ਕੋਈ ਵੀ ਕਿਸੇ ਪ੍ਰਕਾਰ ਦੀ ਕਿਸੇ ਦੀ ਕੋਈ ਕਮੀ ਨਹੀਂ ਰਹੀ। ਅਤੇ ਦਾਸ ਵੀ ਇੱਥੇ ਜਦੋਂ ਵੀ ਇੱਥੇ ਆਇਆ ਵਾ ਅਤੇ ਮਹਾਰਾਜ ਨੇ ਬੜੀਆਂ ਬਰਕਤਾਂ ਦਿੱਤੀਆਂ ਨੇ, ਅਤੇ ਮੈਂ ਦਾਸ ਨੂੰ ਜੋ ਕੁਛ ਵੀ ਇੱਥੋਂ ਮੰਗਿਆ ਉਹ ਮੈਨੂੰ ਮਿਲਿਆ ਆ, ਅਤੇ ਮੈਂ ਸਾਧ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਇਸ ਸਥਾਨ 'ਤੇ ਆ ਕੇ ਜ਼ਰੂਰ ਦਰਸ਼ਨ ਕਰੋ, ਔਰ ਜੋ ਵਿਅਕਤੀ ਚੱਲ ਨਹੀਂ ਸਕਦਾ ਜਾਂ ਬੋਲ ਨਹੀਂ ਸਕਦਾ ਕਿਸੇ ਵੀ ਪ੍ਰਕਾਰ ਦਾ ਜਿਹਨੂੰ ਕੋਈ ਦੁੱਖ ਹੈ, ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਿਹੜੇ ਨੇ ਹਰ ਦੁੱਖ ਨੂੰ ਜਿਹੜਾ ਆ ਦੂਰ ਕਰਨ ਦੇ ਸਮਰੱਥ ਨੇ, ਆ ਕੇ ਜ਼ਰੂਰ ਇੱਥੇ ਦਰਸ਼ਨ ਕਰੋ, ਇਸ ਸਥਾਨ 'ਤੇ ਨਤਮਸਤਕ ਹੋ ਆ ਕੇ ਆਪਣੀ ਸ਼ਰਧਾ ਦੇ ਨਾਲ ਇੱਥੇ ਆ ਕੇ ਦਰਸ਼ਨ ਕਰੋ, ਅਤੇ ਮਹਾਰਾਜ ਸਾਰੇ ਨੀਂ ਝੋਲੀਆਂ ਜਿਹੜੀਆਂ ਖੁਸ਼ੀਆਂ ਨੇ ਪਾਦੇ ਨੇ ਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ ਦੇ ਮਹਾਂਵਾਕ ਅਨੁਸਾਰ ਇਸ ਪੰਜੋਖਰਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ ਵੀ ਉਹੀ ਬਰਕਤਾਂ ਵਰਤ ਰਹੀਆਂ ਨੇ ਜੋ ਕਿਸੇ ਸਮੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਥੇ ਛੱਜੂ ਝੀਰ 'ਤੇ ਵਰਤਾਈਆਂ ਸਨ, ਔਰ ਅੱਜ ਇਸ ਸਥਾਨ 'ਤੇ ਦੇਖਦਿਆਂ ਕਿ ਕਿੰਨੇ ਹੀ ਇਸ ਟਾਈਪ ਦੇ ਮਰੀਜ਼ ਜੋ ਬੋਲੇ ਹੁੰਦੇ ਹਨ ਜਾਂ ਗੂੰਗੇ ਹੁੰਦੇ ਹਨ ਜਿਨ੍ਹਾਂ ਨੂੰ ਸੁਣਦਾ ਨਹੀਂ, ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਕਿ ਸਾਡੇ ਬੱਚੇ ਬਿਲਕੁਲ ਤੰਦਰੁਸਤ ਹੋ ਗਏ। ਸੋ ਇਹ ਜਗ੍ਹਾ ਐਸੀ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਮਹਾਰਾਜ ਨੇ ਇਹ ਸਦੀਵੀ ਤੌਰ 'ਤੇ ਦੁੱਖ ਦੂਰ ਕਰਨ ਵਾਲਾ ਜੋ ਆਪਣਾ ਆਸ਼ੀਰਵਾਦ ਹੈ ਉਹ ਬਰਕਰਾਰ ਹੈ। ਤਕਰੀਬਨ ਸਤਿਗੁਰਾਂ ਦੀ 7 ਸਾਲ 8 ਮਹੀਨੇ 2 ਦਿਨ ਦੀ ਆਯੂ ਸਰੀਰਕ ਭੋਗਿਆ ਸਤਿਗੁਰਾਂ, 2 ਸਾਲ 5 ਮਹੀਨੇ 20 ਦਿਨ ਸਤਿਗੁਰਾਂ ਨੇ ਗੁਰਿਆਈ ਗੱਦੀ 'ਤੇ ਕੀਤੀ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਨ 1656 ਈਸਵੀ ਵਿੱਚ ਵੀਰਵਾਰ ਦੇ ਦਿਨ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੋਇਆ, ਉਦੋਂ ਬਾਅਦ ਜਦੋਂ ਗੱਦੀ 'ਤੇ ਬੈਠੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸਰੀਰਕ ਆਯੂ ਸੀ 5 ਸਾਲ 5 ਮਹੀਨੇ 12 ਦਿਨ, ਆਹ ਸਤਿਗੁਰਾਂ ਜੀ ਦੀ ਸਰੀਰਕ ਆਯੂ ਸੀ। ਬਾਲਾ ਪ੍ਰੀਤਮ ਦੇ ਚਰਨਾਂ 'ਚ 2 ਦਿਨ ਅਤੇ 2 ਰਾਤ ਜਿਹੜੇ ਬਤੀਤ ਕਰਕੇ ਅਤੇ ਵਾਪਸੀ ਦਾ ਟਾਈਮ ਮੇਰਾ ਸਵੇਰੇ ਆ ਗਿਆ, ਪਰ ਹੁਣ ਵੀ ਮੇਰਾ ਜਾਣ ਨੂੰ ਵਾਪਸ ਦਿਲ ਨਹੀਂ ਕਰਨ ਡਿਆ। ਅਤੇ ਬਾਕੀ ਵੀਰਿਓ, ਜਿਨ੍ਹਾਂ ਵੀਰਿਆਂ ਨੇ ਵੀ ਇਹ ਮੇਰੇ ਨਾਲ ਵੀਡੀਓ ਦੀ ਸਾਂਝ ਪਾਈ ਆ ਜਾਂ ਜਿਨ੍ਹਾਂ ਇਹ ਵੀਡੀਓ ਵੇਖੀ ਆ, ਅਤੇ ਕਿਰਪਾ ਕਰਕੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੇ ਬੱਚੇ ਜਿਹੜੇ ਆ ਜਾਂ ਜਿਹੜੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੁਖੀ ਆ, ਉਹ ਜ਼ਰੂਰ ਇੱਥੇ ਆਉਣ। ਆ ਮੈਂ 2 ਦਿਨਾਂ 'ਚ ਜੋ ਚੀਜ਼ ਦੇਖੀ ਆ, ਇੰਨੀ ਪੋਜ਼ਿਟਿਵਿਟੀ ਇੱਥੇ ਆ ਕੇ ਆਉਂਦੀ ਆ। ਭੋਰਾ ਸਾਹਿਬ 'ਚ ਜਦੋਂ ਨਿਤਨੇਮ ਕਰਦੇ ਹੋ, ਪਾਠ ਕਰਦੇ ਹੋ, ਅਰਦਾਸ ਕਰਦੇ ਹੋ, ਮਨ ਨੂੰ ਇੰਨੀ ਧਰਵਾਸ ਮਿਲਦੀ ਆ, ਤੁਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ। ਅਤੇ ਕਿਰਪਾ ਕਰਕੇ ਜਦੋਂ ਵੀ ਇੱਥੇ ਆਉਣਾ, ਸਮਾਂ ਕੱਢ ਕੇ ਆਉਣਾ, ਇਹ ਨਹੀਂ ਗਾ ਇਸ਼ਨਾਨ ਕਰਕੇ ਵੀ ਇੱਕਦਮ ਆਪਾਂ ਭੱਜ ਚੱਲੀਏ, ਅਤੇ ਬਾਣੀ ਪੜ੍ਹੋ, ਆਪ ਅਰਦਾਸ ਕਰੋ, ਬਾਬਾ ਜੀ ਕੋਲ ਅਰਦਾਸ ਕਰਾਓ, ਮਹਾਰਾਜ ਜਿਹੜੀਆਂ ਝੋਲੀਆਂ ਭਰਦਾ ਜੋ ਉਹਨਾਂ ਨੇ ਵਰ ਦਿੱਤਾ, ਉਹ ਵਾਕਈ ਬਹੁਤ ਜਣੇ ਜਿਹੜੇ ਆ ਉਹ ਠੀਕ ਹੋਏ ਆ। ਇਹ ਇਸ ਚੀਜ਼ ਦੇ ਕਈ ਗਵਾਹ ਜਿਹੜੇ ਆ ਉਹ ਮੈਨੂੰ ਮਿਲੇ ਆ, ਕਈਆਂ ਨੇ ਵੀਡੀਓ 'ਚ ਜਿਹੜੀ ਉਹ ਆਪਣੇ ਬੋਲ ਕੇ ਦੱਸਤਾ, ਕਈਆਂ ਨੇ ਮੈਨੂੰ ਵੈਸੇ ਦੱਸਤਾ। ਅਤੇ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ, ਸਭ ਦੀਆਂ ਝੋਲੀਆਂ ਭਰੇ, ਸਾਰਿਆਂ ਦੇ ਦੁੱਖ ਦੂਰ ਕਰੇ। ਚੰਗਾ ਜੀ, ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।